ਕਿਵੇਂ ਉੱਥੋਂ ਜਿਹੜੀ ਅਕਾਲੀ ਦਲ ਨੂੰ ਘਿਓ ਲੜਨ ਤੋਂ ਰੋਕਿਆ ਜਾਵੇ ਕਿਉਂਕਿ ਜਿਹੜੇ ਉੱਥੇ ਪ੍ਰਧਾਨ ਨੇ ਸਾਡੇ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨਜਿੰਦਰ ਸਿੰਘ ਸਰਸਾ ਜੀ ਉਹਨਾਂ ਨੇ ਪਿਛਲੇ ਟਾਈਮ 'ਚ ਬੜਾ ਵਧੀਆ ਕੰਮ ਕੀਤਾ ਕਿ ਉਹ ਸਾਰੇ ਡਰੇ ਹੋਏ ਆ ਉਹਨਾਂ ਨੂੰ ਤਾਂ ਨੀਂਦ ਨਹੀਂ ਸੀ ਆਉਂਦੀ ਕਿ ਇਲੈਕਸ਼ਨ ਆ ਰਹੀ ਆ ਅਤੇ ਅੱਗੇ ਲੋਕਾਂ ਦੇ ਵਿੱਚ ਐਡਾ ਵਧੀਆ ਇਹਨਾਂ ਨੇ ਆਪਣਾ ਜਿਹੜੀ ਇਮੇਜ ਬਣਾ ਲਈ ਆ ਕਿਸਾਨਾਂ ਦੇ ਵਿੱਚ ਖਾਸ ਤੌਰ 'ਤੇ ਸਿੱਖ ਕਮਿਊਨਿਟੀ ਦੇ ਵਿੱਚ ਕਿਉਂਕਿ ਜਿਹੜਾ ਕਿਸਾਨਾਂ ਦਾ ਮੁੱਦਾ ਉਹ ਪੰਜਾਬ ਦਾ ਮੁੱਦਾ ਵੀ ਆ ਨਾਲ ਸਿੱਖ ਕਮਿਊਨਿਟੀ ਦਾ ਮੁੱਦਾ ਵੀ ਆ ਬਾਦਸ਼ਾਹ ਰਚੀਆਂ ਜਾ ਰਹੀਆਂ ਨੇ ਤੋ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਪਿੱਛੇ BJP ਆ ਅਤੇ ਸਾਰੀ ਅਕਾਲੀ ਦਲ ਨੂੰ ਘੇਰਨ ਲਈ ਸਾਰੇ ਇਕਜੁੱਟ ਨੇ ਸਾਰੀ BJP ਜ਼ਿੰਮੇਵਾਰ ਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਡਿਸੀਜ਼ਨ ਲਿਆ ਜਾਊਗਾ ਚੋਣ ਵੀ ਲੜੀ ਜਾਊਗੀ ਸਾਰੀ ਲੀਗਲ ਰਾਏ ਲੈ ਕੇ ਅਤੇ ਉਹ ਚੋਣ ਜਿੱਤੀ ਵੀ ਜਾਊਗੀ ਜੋ ਮਰਜ਼ੀ ਕਰ ਲੈਣ ਇਹ ਸਾਰਾ ਅਕਾਲੀ ਦਲ ਨੂੰ ਰੋਕਣ ਦੀਆਂ ਸਾਜ਼ਿਸ਼ਾਂ ਨੇ ਸਾਰੀਆਂ ਵੀ ਕਿਵੇਂ ਨਾ ਕਿਵੇਂ ਗੁਰਦੁਆਰਿਆਂ ਦੇ ਉੱਪਰ ਪ੍ਰਬੰਧ ਦੇ ਉੱਪਰ ਇਹ ਆਪਦਾ ਧੱਕੇ ਨਾ BJP ਜਾਂ ਕਾਂਗਰਸ ਕਬਜ਼ਾ ਕਰੇ ਹੁਣ ਆਪ ਵੀ ਨਾਲ ਰਲ ਗਈ ਆ ਇਹ ਪਿਛਲੇ ਲੰਬੇ ਸਮੇਂ ਤੋਂ ਸਾਜ਼ਿਸ਼ਾਂ ਰਚਦੇ ਆਏ ਪਰ ਕਦੇ ਵੀ ਇਹ ਕਾਮਯਾਬ ਨਹੀਂ ਹੋਏ ਤੇ ਨਾ ਹੋਣਗੇ ਕਦੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਦਾ ਐਲਾਨ ਹੋਇਆ ਸੀਗਾ ਸਾਰੀ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਲਈਆਂ ਸੀਗੀਆਂ ਚੋਣਾਂ ਲੜਨ ਦੇ ਲਈ ਪਰ ਉਸ ਦੇ ਵਿਚਕਾਰ ਹੀ ਇੱਕ ਫੈਸਲਾ ਅਜਿਹਾ ਆਉਂਦਾ ਜਿਸ ਤੋਂ ਬਾਅਦ ਸਿਆਸਤ ਵੀ ਭਖ ਜਾਂਦੀ ਹੈ HS ਫੂਲਕਾ ਵੱਲੋਂ ਇੱਕ ਕੇਸ ਦਾਇਰ ਕੀਤਾ ਜਾਂਦਾ ਤੇ ਉਸ ਕੇਸ ਦੇ ਫੈਸਲੇ ਦੇ ਵਿੱਚ ਇਹ ਆਂਦਾ ਕਿ ਸਿਆਸੀ ਪਾਰਟੀਆਂ ਇਹ ਚੋਣਾਂ ਨਹੀਂ ਲੜ ਸਕਦੀਆਂ ਸਿਰਫ ਧਾਰਮਿਕ ਪਾਰਟੀਆਂ ਹੀ ਲੜ ਸਕਦੀਆਂ ਨੇ ਤੇ ਅਕਾਲੀ ਦਲ ਤੇ ਕਾਫੀ ਹੁੰਦਾ ਕਿ ਅਕਾਲੀ ਦਲ ਹੁਣ ਇਹ ਚੋਣਾਂ ਨਹੀਂ ਲੜ ਸਕਦੀ ਸਾਡੇ ਨਾਲ ਇਸ ਸਮੇਂ ਅਕਾਲੀ ਦਲ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਮੌਜੂਦ ਨੇ ਇਆਲੀ ਸਾਹਿਬ ਚੋਣਾਂ ਦੀਆਂ ਪੂਰੀਆਂ ਤਿਆਰੀਆਂ ਹੋ ਗਈਆਂ ਸੀ ਬਿਗਲ ਵੱਜ ਗਿਆ ਸੀਗਾ ਆਪਣੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਅਚਾਨਕ ਇਹ ਫੈਸਲਾ ਆਇਆ ਕਹਿੰਦੇ ਕਿ ਅਕਾਲੀ ਦਲ ਹੁਣ ਚੋਣਾਂ ਉਹ ਨਹੀਂ ਲੜ ਸਕਦਾ ਦੇਖੋ ਇਹ ਸਾਰੀ ਜਿਹੜੀ ਕੇਂਦਰ ਦੀ ਸਰਕਾਰ ਆ ਭਾਜਪਾ ਦਿੱਲੀ ਦੀ ਆਪ ਦੀ ਸਰਕਾਰ ਅਤੇ ਕਾਂਗਰਸ ਇਹ ਸਾਰਿਆਂ ਦੀ ਮਿਲੀ ਭੁਗਤ ਆ ਵੀ ਕਿਵੇਂ ਨਾ ਕਿਵੇਂ ਉੱਥੋਂ ਜਿਹੜੀ ਅਕਾਲੀ ਦਲ ਨੂੰ ਚੋਣ ਲੜਨ ਤੋਂ ਰੋਕਿਆ ਜਾਵੇ ਕਿਉਂਕਿ ਜਿਹੜੇ ਉੱਥੇ ਪ੍ਰਧਾਨ ਨੇ ਸਾਡੇ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨਜਿੰਦਰ ਸਿੰਘ ਸਰਸਾ ਜੀ ਉਹਨਾਂ ਨੇ ਪਿਛਲੇ ਟਾਈਮ 'ਚ ਬੜਾ ਵਧੀਆ ਕੰਮ ਕੀਤਾ ਖਾਸ ਤੌਰ 'ਤੇ ਕਿਸਾਨੀ ਸੰਘਰਸ਼ ਦੇ ਵਿੱਚ ਵੀ ਉਹਨਾਂ ਨੇ ਜੋ ਉੱਥੇ ਲੰਗਰ ਕਿਸਾਨਾਂ ਦੀ ਸੰਭਾਲ ਜਾਂ ਜੋ ਝੂਠੇ ਕੇਸ ਪਾਏ ਗਏ ਸੀ ਕਿਸਾਨਾਂ 'ਤੇ ਉਹ ਸਾਰੇ ਕੇਸ ਲੜੇ ਉਹਨਾਂ ਦੀ ਜ਼ਮਾਨਤਾਂ ਕਰਾਈਆਂ ਵਕੀਲ ਕੀਤੇ ਸੋ ਇਸ ਕਰਕੇ ਉਹਨਾਂ ਦੀ ਲੋਕਪ੍ਰਿਅਤਾ ਇੰਨੀ ਵੱਧ ਚੁੱਕੀ ਸੀ ਅਤੇ ਸਾਰੇ ਬੜੇ ਬਖਲਾਹਟ ਦੇ ਵਿੱਚ ਸੀਗੇ ਵੀ ਕਿਵੇਂ ਨਾ ਕਿਵੇਂ ਇਹਨਾਂ ਨੂੰ ਚੋਣ ਤੋਂ ਰੋਕਿਆ ਜਾਵੇ ਲੇਕਿਨ ਉਹਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਅਕਾਲੀ ਦਲ ਚੋਣ ਲੜੂਗਾ ਅਤੇ ਉਹਦੇ ਵਿੱਚ ਵੀ ਅਸੀਂ ਜ਼ਰੂਰ ਕਾਮਯਾਬ ਹੋਵਾਂਗੇ ਮਨਜਿੰਦਰ ਸਿੰਘ ਸਿਰਸਾ ਹੋਰਾਂ ਦਾ ਨਾਮ ਇਸ ਕਿਸਾਨੀ ਅੰਦੋਲਨ 'ਚ ਬਹੁਤ ਉੱਭਰ ਕੇ ਸਾਹਮਣੇ ਆਇਆ ਕਿਉਂਕਿ ਬਹੁਤ ਉਹਨਾਂ ਨੇ ਮਿਹਨਤ ਕੀਤੀ ਬਹੁਤ ਮੁੰਡੇ ਛੜਾਏ 150 ਤੋਂ ਵੱਧ ਲੋਕਾਂ ਜ਼ਮਾਨਤਾਂ ਕਰਾਈਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੁਦ FDAਂ ਕਰਾ ਕੇ ਉਹਨਾਂ ਨੂੰ ਛੜਾਇਆ ਤੁਹਾਨੂੰ ਕੀ ਲੱਗਦਾ ਸੀ ਜਿਹੜੀ ਉੱਥੇ ਆਪੋਜੀਸ਼ਨ ਨੇ ਉਹ ਡਰ ਗਏ ਸੀਗੇ ਕਿਉਂਕਿ ਬਹੁਤ ਉਹਨਾਂ ਦੀ ਫੇਸ ਵੈਲਿਊ ਬਣ ਚੁੱਕੀ ਸੀ ਸਿਰਸਾ ਸਾਹਿਬ ਬਿਲਕੁਲ ਮੈਂ ਪਹਿਲਾਂ ਹੀ ਦੱਸਿਆ ਵੀ ਉਹ ਸਾਰੇ ਡਰੇ ਹੋਏ ਉਹਨਾਂ ਨੂੰ ਤਾਂ ਨੀਂਦ ਨਹੀਂ ਸੀ ਆਉਂਦੀ ਕਿ ਇਲੈਕਸ਼ਨ ਆ ਰਹੀ ਆ ਅਤੇ ਅੱਗੇ ਲੋਕਾਂ ਦੇ ਵਿੱਚ ਐਡਾ ਵਧੀਆ ਇਹਨਾਂ ਨੇ ਆਪਣਾ ਜਿਹੜੀ ਇਮੇਜ ਬਣਾ ਲਈ ਆ ਕਿਸਾਨਾਂ ਦੇ ਵਿੱਚ ਖਾਸ ਤੌਰ 'ਤੇ ਸਿੱਖ ਕਮਿਊਨਿਟੀ ਦੇ ਵਿੱਚ ਕਿਉਂਕਿ ਜਿਹੜਾ ਕਿਸਾਨਾਂ ਦਾ ਮੁੱਦਾ ਉਹ ਪੰਜਾਬ ਦਾ ਮੁੱਦਾ ਵੀ ਆ ਨਾਲ ਸਿੱਖ ਕਮਿਊਨਿਟੀ ਦਾ ਮੁੱਦਾ ਵੀ ਆ ਸਾਰਿਆਂ ਦੀਆਂ ਠੀਕ ਆ ਵੈਸੇ ਹਰ ਵਰਗ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਚਾਹੇ ਵਪਾਰੀ ਆ ਚਾਹੇ ਆੜ੍ਹਤੀ ਆ ਵਾ ਚਾਹੇ ਮਜ਼ਦੂਰ ਆ ਕਿਉਂਕਿ ਪੰਜਾਬ ਦਾ ਜਿਹੜਾ ਕਿਸਾਨ ਹੈਗਾ ਜੇ ਕਿਸਾਨ ਖੁਸ਼ਹਾਲ ਆ ਤਾਂ ਹੀ ਹਰ ਵਰਗ ਖੁਸ਼ਹਾਲ ਆ ਸੋ ਕਿਉਂਕਿ ਇੱਥੋਂ ਦਾ ਮੇਨ ਕਿੱਤਾ ਖੇਤੀਬਾੜੀ ਆ ਸੋ ਇਸੇ ਕਰਕੇ ਹੀ ਇਹ ਸਾਰੀਆਂ ਜਿਹੜੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਸੋ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਪਿੱਛੇ BJP ਆ ਅਤੇ ਸਾਰੀ ਅਕਾਲੀ ਦਲ ਨੂੰ ਘੇਰਨ ਲਈ ਸਾਰੇ ਇਕਜੁੱਟ ਨੇ ਫੁਲਕਾ ਸਾਹਿਬ ਨੇ ਰਿੱਟ ਲਾਈ ਸੀਗੀ ਤੁਸੀਂ ਬਹੁਤ ਨੇੜਿਓਂ ਦੀ ਜਾਣਦੇ ਹੋਵੋਗੇ ਤੁਹਾਡੇ ਹਲਕੇ 'ਚੋਂ ਹੀ ਵਿਧਾਇਕ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਕਿ ਉਹਨਾਂ ਨੇ ਇਹ ਰਿੱਟ ਲਗਾਈ ਅਤੇ ਇਦਾਂ ਫੈਸਲਾ ਆਇਆ ਦੇਖੋ ਉਹਨਾਂ ਨੂੰ ਪਿਛਲੇ ਸਮੇਂ ਜਿਹੜਾ ਅਵਾਰਡ ਦਿੱਤਾ ਗਿਆ ਕੇਂਦਰ ਦੀ ਸਰਕਾਰ ਨੇ ਦਿੱਤਾ ਸੋ ਇਸ ਲਈ ਉਹਨਾਂ ਦੇ ਕਹਿਣ ਮੁਤਾਬਕ ਉਹ ਚੱਲ ਰਹੇ ਨੇ ਸੋ ਇਸ ਲਈ ਇਸੇ ਕਰਕੇ ਜਿਹੜਾ ਉਹਨਾਂ ਨੇ ਸਾਰੀ ਇਹ ਪਲੈਨਿੰਗ ਘੜੀ ਗਈ ਆ ਇਹਦੇ ਵਿੱਚ ਸਾਰੀ BJP ਜ਼ਿੰਮੇਵਾਰ ਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਡਿਸੀਜ਼ਨ ਲਿਆ ਜਾਊਗਾ ਚੋਣ ਵੀ ਲੜੀ ਜਾਊਗੀ ਸਾਰੀ ਲੀਗਲ ਰਾਏ ਲੈ ਕੇ ਅਤੇ ਉਹ ਚੋਣ ਜਿੱਤੀ ਵੀ ਜਾਊਗੀ ਜੋ ਮਰਜ਼ੀ ਕਰ ਲੈਣ ਕੋਈ ਅਕਾਲੀ ਦਲ ਨੇ ਪਲਾਨ ਬਣਾਇਆ ਕਿਉਂਕਿ ਅੱਜ ਹੀ ਚਲੋ ਫੈਸਲਾ ਆਇਆ ਹੁਣ ਫੈਸਲਾ ਅੱਜ ਹੀ ਆਇਆ ਉਹਦੇ ਬਾਰੇ ਮੈਂ ਕਿਉਂਕਿ ਆਪ ਸਾਨੂੰ ਜਿੰਨਾ ਕੁ ਅਸੀਂ ਜਾਣਕਾਰੀ ਲਈ ਆ ਉਹਦੇ ਲਈ ਸਾਰਾ ਹੀ ਜਿਹੜੀ ਲੀਗਲ ਰਾਏ ਲੈ ਕੇ ਅੱਗੇ ਅਗਲਾ ਜਿਹੜਾ ਸਟੈਪ ਹੈਗਾ ਚੱਕਿਆ ਜਾਊਗਾ ਲੇਕਿਨ ਚੋਣ ਵੀ ਲੜੀ ਜਾਊਗੀ ਅਤੇ ਉਹ ਜਿੱਤੀ ਵੀ ਜਾਊਗੀ ਜੋ ਅਲੀ ਸਾਹਿਬ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਇੱਦਾਂ ਹੋ ਗਿਆ ਕਿ ਅਕਾਲੀ ਦਲ ਉੱਥੇ ਨਹੀਂ ਚੋਣ ਲੜਦਾ ਫਿਰ ਪੰਜਾਬ ਦੇ ਵਿੱਚ SGPC ਦੇ ਨਾਲ ਵੀ ਤਾਂ ਇੱਦਾਂ ਹੀ ਹੋਊਗਾ ਕਿਉਂਕਿ ਉਹ ਚਲੋ ਕੋਰਟ ਦਾ ਫੈਸਲਾ ਆਇਆ ਸੀਗਾ ਅਤੇ ਪੰਜਾਬ ਦੇ ਵਿੱਚ ਵੀ ਤਾਂ ਫਿਰ ਉਹ ਮੰਗ ਉੱਠ ਸਕਦੀ ਹੈ ਕਿ ਅਕਾਲੀ ਦਲ ਤਾਂ ਧਾਰਮਿਕ ਪਾਰਟੀ ਨਹੀਂ ਹੈਗਾ ਅਕਾਲੀ ਦਲ ਚੋਣ ਲੜੂਗਾ ਦਿੱਲੀ ਵਿੱਚ ਵੀ ਲੜੂਗਾ ਪੰਜਾਬ 'ਚ ਵੀ ਲੜੂਗਾ ਜੋ ਮਰਜ਼ੀ ਕਰ ਲੈਣ ਅਕਾਲੀ ਦਲ ਨੂੰ ਸ਼ੁਰੂ ਤੋਂ ਕਹਿੰਦਾ ਕਿ ਅਸੀਂ ਸਿੱਖਾਂ ਦੀ ਪਾਰਟੀ ਆ ਪੰਥਕ ਪਾਰਟੀ ਆ ਤੇ ਅੱਜ ਅਚਾਨਕ ਕਹਿ ਦਿੱਤਾ ਜਾਂਦਾ ਕਿ ਅਕਾਲੀ ਦਲ ਸਿਆਸੀ ਪਾਰਟੀ ਹੈ ਧਾਰਮਿਕ ਪਾਰਟੀ ਹੈ ਹੀ ਨਹੀਂ ਫਿਰ ਤੁਹਾਨੂੰ ਕਹਿੰਦਾ ਵੀ ਇਹ ਸਾਰਾ ਅਕਾਲੀ ਦਲ ਨੂੰ ਰੋਕਣ ਦੀਆਂ ਸਾਜ਼ਿਸ਼ਾਂ ਨੇ ਸਾਰੀਆਂ ਵੀ ਕਿਵੇਂ ਨਾ ਕਿਵੇਂ ਗੁਰਦੁਆਰਿਆਂ ਦੇ ਉੱਪਰ ਪ੍ਰਬੰਧ ਦੇ ਉੱਪਰ ਇਹ ਆਪਦਾ ਧੱਕੇ ਨਾ BJP ਜਾਂ ਕਾਂਗਰਸ ਕਬਜ਼ਾ ਕਰੇ ਹੁਣ ਆਪ ਵੀ ਨਾਲ ਰਲ ਗਈ ਆ ਇਹ ਪਿਛਲੇ ਲੰਬੇ ਸਮੇਂ ਤੋਂ ਸਾਜ਼ਿਸ਼ਾਂ ਰਚਦੇ ਆਏ ਪਰ ਕਦੇ ਵੀ ਇਹ ਕਾਮਯਾਬ ਨਹੀਂ ਹੋਏ ਤੇ ਨਾ ਹੋਣਗੇ ਕਦੇ ਭਗਵੰਤ ਮਾਨ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਨੇ ਉਹ 'ਚ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਲਿਆ ਦਿਓ ਬਿਜਲੀਆਂ ਮੁਫਤ ਦੇ ਦਾਂਗੇ ਕਾਂਗਰਸ ਨੇ
अज लोगों का विश्वास है अकाली दल तो होर किसी पार्टी का नहीं। 2022 च किला अकाली दल की सरकार आऊगी? बिल्कुल आऊगी, साडी बाय इलैक्शन हुई आ, पूरी सरकार एक पासे सीगी, उतों आम आदमी पार्टी की जमान जब्त हुई आ, होर जिहड़ी सीगी आह लोक इंसाफ पार्टी की जमान जब्त हुई आ, कांग्रेस भी बुरी तरह हारी, एक पिंड भी नहीं जित सके, सो ये लोगों के संकेत आ जिहड़ी जित हुई है जिहड़ी दाखे दे विच। बहुत बहुत धन्यवाद जी। तो इस साडे नाल अकाली दल विधायक मनप्रीत सिंह वाली जिन्हां नाल आपां गलबात कीती है दिल्ली चोणां दे, कहिंदे कि अकाली दल जरूर चोणां लड़ेगा, लीगल राय लिती जाएगी कि किस तरह हुण अगे चोणां होणगीआं। तां वधेरे अपडेट्स सी साडे नाल जुड़े रहो, कैमरामैन सतवंत मठौड़ दे नाल सरमजीत सिंह लुधियाणा।